ਮੈਂ ਤੇ ਥੋੜਾ ਹੱਲਾ ਪਾਸੇ ਕਰਦਾ ਸਿੰਗਲ ਆ ਚੁੱਪ ਕਰ ਜਾ ਯਾਰ ਜਿਹਨੇ ਵੀ ਕੋਈ ਕਾਨੂੰਨ ਤੋੜਿਆ ਹੀ ਸ਼ੁੱਡ ਬੀ ਪ੍ਰੋਸੀਕਿਊਟਡ ਬਟ ਗਵਰਨਮੈਂਟ ਸ਼ੁੱਡ ਨਾਟ ਪਲੇ ਪੋਲੀਟਿਕਸ ਇਨ ਇਟ ਜੋ ਦੋਸ਼ੀ ਹੈ ਓਵਰ ਇਜ਼ ਕਲੀਅਰ ਜਸਟ ਬੀ ਪਨਿਸ਼ਡ ਉਹਨੂੰ ਲੱਗਦਾ ਕਿ ਕੈਪਟਨ ਦਾ ਵੀ ਨਹੀਂ ਚੱਲਦਾ ਸਟੇਟਮੈਂਟ ਸੀ ਕਿਸੇ ਤੇ ਕਿਸੇ ਤਰੀਕੇ ਨਾਲ ਰਾਜਨੀਤੀ ਕਰਕੇ ਇਨਵੋਲਵ ਕਰਨਾ ਚਾਹੁੰਦੇ ਨੇ ਉਹਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਪੋਲੀਟਿਕਸ ਖੇਡੀ ਰਣਜੀਤ ਸਿੰਘ ਕਮਿਸ਼ਨ ਵੀ ਪੋਲੀਟਿਕਸ ਹੈ ਅੱਜ ਹਾਈ ਕੋਰਟ ਨੇ ਕੀ ਡਿਸੀਜਨ ਦਿੱਤਾ ਹੈ ਉਹ ਹਾਈ ਕੋਰਟ ਨੇ ਕਿਹਾ ਸੀ ਰਣਜੀਤ ਸਿੰਘ ਕਮਿਸ਼ਨ ਫਾਈਂਡਿੰਗਸ ਆਰ ਨਾਟ ਵੈਲਿਡ ਦੇ ਹੈਵ ਨੋ ਐਵੀਡੈਂਸ ਐਂਡ ਇਸ ਡਾਇਰੈਕਟਡ ਦ ਐਸਆਈਟੀ ਦੇ ਡੂ ਨਾਟ ਡਿਪੈਂਡ ਔਨ ਦੈਮ ਤੋ ਉਹਨਾਂ ਨੇ 2 ਸਾਲ ਰਣਜੀਤ ਸਿੰਘ ਦਾ ਕੀ ਕੀਤਾ ਰੈਲੀ ਹੁਣ ਜਾ ਰਹੀ ਹੈ ਜੀ ਜ਼ਿਲ੍ਹੇ ਦੇ ਵਿੱਚ ਅਤੇ ਸਿਹਤ ਵਿਭਾਗ ਨੇ ਉੱਥੇ ਡੋਪ ਟੈਸਟ ਕਰਨ ਦੇ ਲਈ ਇੱਕ ਟੀਮ ਬਿਠਾਈ ਹੈ ਜੀ ਉੱਥੇ ਸਪੈਸ਼ਲ ਨਕਾਰਿਆ ਸੀਗਾ ਹੁਣ ਫਿਰ ਦੁਬਾਰਾ ਲੈ ਕੇ ਕਿਵੇਂ ਸਾਰੀਆਂ ਚੀਜ਼ਾਂ ਜਿਹੜੀਆਂ ਨਕਾਰਦੇ ਸੀ ਸਾਰਿਆਂ ਨੂੰ ਇਹਨੇ ਅਪਰੀਸ਼ੀਏਟ ਕੀਤਾ ਪਹਿਲੇ ਕਹਿੰਦੇ ਸੀ ਵਿਰਾਸਤ ਏ ਖਾਲਸਾ ਚਿੱਟਾ ਹਾਥੀ ਹੈ ਹੁਣ ਕਹਿੰਦੇ ਨੰਬਰ 1 ਇੰਸਟੀਟਿਊਸ਼ਨ ਹੈ BRTS ਕਹਿੰਦੇ ਬਹੁਤ ਮਾੜੀ ਚੀਜ਼ ਹੈ ਹੁਣ 2 ਸਾਲ ਬਾਅਦ ਉਹਨੂੰ ਚਲਾਉਣ ਲੱਗੇ ਹੈ ਇਹਨਾਂ ਨੇ ਕੀਤਾ ਕੀ ਹੈ ਨਥਿੰਗ ਤੁਸੀਂ ਫਿਰੋਜ਼ਪੁਰ ਸਿਟੀ ਦੇ ਹੋ ਤੁਸੀਂ ਦੇਖੋ 2 ਸਾਲ 'ਚ ਕੋਈ ਚੀਜ਼ ਬਣੀ ਹੈ ਇੱਥੇ ਝੂਠੇ ਪਰਚਿਆਂ ਦੇ ਬਗੈਰ ਲੋਕਾਂ ਨੂੰ ਦੁਖੀ ਦੇ ਕਰਨ ਤੋਂ ਬਗੈਰ ਘਰਾਂ ਨੂੰ ਉਜਾੜਨ ਦੇ ਬਗੈਰ ਸਰਕਾਰ ਨੇ ਕੁਛ ਨਹੀਂ ਕੀਤਾ ਲੋਕ ਸਭਾ ਦੇ ਵਿੱਚ ਅਕਾਲੀ ਦਲ ਬੀਜੇਪੀ ਕਿੰਨੀਆਂ ਸੀਟਸ ਲੈ ਗਏ ਜੀ 13 ਦੇ ਵਿੱਚ ਵੀ ਵਿਲ ਵਿਨ ਆਲ ਮੇਰੀ ਜਿਹੜਾ ਪ੍ਰੋਗਰਾਮ ਹੈ ਕਿ ਵਰਕਰਾਂ ਨੂੰ ਮਿਲ ਕੇ ਉਹਨਾਂ ਦੀ ਸਿਚੁਏਸ਼ਨ ਸਮਝਣੀ ਹਾਂ ਜਿਹੜੇ ਵੀ ਤੁਸੀਂ ਨਾਲ ਟੇਬਲ 'ਤੇ ਜਾਓਗੇ ਇੱਕੋ ਹੀ ਗੱਲ ਕਹਿੰਦੇ ਸਾਡੇ ਤਾਂ ਇੰਨੇ ਪਰਚੇ ਹੋ ਸਾਡੇ ਇੰਨੇ ਝੂਠੇ ਪਰਚੇ ਕਰਕੇ ਆ ਸੋਚਦੇ ਅਕਾਲੀ ਦਲ ਵਰਕਰਾਂ ਨੂੰ ਡਰਮੋਲਾਈਜ਼ ਕਰ ਦਾਂਗੇ ਬਹੁਤ ਗਲਤ ਫਹਿਮੀ ਚ ਹੈ ਸਰ ਕਰਜ਼ਾ ਮਾਫੀ ਨੂੰ ਕਿਵੇਂ ਮੰਨਦੇ ਹੋ ਤੁਸੀਂ ਕਾਂਗਰਸ ਕਰਜ਼ਾ ਮਾਫੀ ਇਜ਼ ਅ ਫਰਾਡ ਲੋਕਾਂ ਨੂੰ ਤੁਸੀਂ ਫਰਾਡ ਕੀਤਾ ਕਿਹਾ 80,000 ਕਰੋੜ ਮਾਫ਼ ਕਰਾਂਗੇ 1.5-2,000 ਕਰੋੜ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੋਇਆ ਕਿ ਇੰਨਾ ਤਾਂ ਵਿਆਜ ਵੀ ਜਿਹੜੇ ਗਰੀਬ ਲੋਕ ਵਿਆਜ ਭਰਨਾ ਸੀ ਉਹਨਾਂ ਨੇ ਕਿਸ਼ਤ ਭਰਨੀਆਂ ਸੀ ਉਹ ਭਰਨੀਆਂ ਬੰਦ ਕਰਤੀਆਂ ਸੀ ਕਿਉਂਕਿ ਉਹਨਾਂ ਪਤਾ ਸਾਰਾ ਮਾਫ਼ ਹੋ ਜੂਗਾ ਹੁਣ ਉਹਨੇ ਦਾ ਪੁੰਨਾ ਵਿਆਜ ਪੈ ਗਿਆ ਉਹਨਾਂ 'ਤੇ ਜਿਨ੍ਹਾਂ ਨੇ ਮਾਫ਼ ਕੀਤਾ ਯਾਰ ਮੈਂ ਹਲੇ ਕੋਈ ਕਮੈਂਟ ਨਹੀਂ ਕਰ ਸਕਦਾ ਸਰ ਚਰਨਜੀਤ ਸ਼ਰਮਾ ਨੂੰ ਲੈ ਕੇ ਸਿਆਸੀ ਹਲਕਿਆਂ 'ਚ ਚਰਚਾ ਕੀ ਇਹਦੇ 'ਚ ਸਟੇਟ ਨਾਲੋਂ ਜ਼ਿਆਦਾ ਸੈਂਟਰ ਦੀ ਰਾਜਨੀਤੀ ਚੱਲ ਰਹੀ ਹੈ ਇਹਨੂੰ ਤੁਸੀਂ ਕਿਵੇਂ ਮੰਨਦੇ ਹੋ ਸਰ 80% ਕਪਤੇ ਕੈਪਟਨ ਸਰਕਾਰ ਕਹਿੰਦੀ ਨਸ਼ਾ ਪੰਜਾਬ 'ਚ ਬੰਦ ਹੋ ਗਿਆ ਤੁਸੀਂ ਕਿੰਨਾ ਉਹਨਾਂ ਨੂੰ ਨੰਬਰ ਦਿੰਦੇ ਹੋ ਕਿੰਨਾ ਵਧਿਆ ਕਿੰਨਾ ਘਟਿਆ ਯਾਰ ਮੈਂ ਕਹਿੰਦਾ ਮੈਨੂੰ ਪੁੱਛਣ ਦੀ ਪਿਆ ਨਾ ਤੁਸੀਂ ਆਪ ਪ੍ਰੈਸ ਵਾਲੇ ਪਤਾ ਕਰ ਲਓ ਕਿੰਨਾ ਤੁਹਾਨੂੰ ਆਪਣੇ ਆਪ ਪੰਜਾਬ 'ਚ ਕਿਸ ਤਰ੍ਹਾਂ ਸਰਕਾਰ ਚੱਲਦੀ ਪਈ ਹਰ ਰੋਜ਼ ਮਤਲਬ ਸਰਕਾਰ ਤੁਹਾਨੂੰ ਕੋਈ ਸਰਕਾਰ ਲੱਗਦੀ ਹੈ ਤੁਸੀਂ ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਹੋ ਤੁਹਾਨੂੰ ਕਿਤੇ ਸਰਕਾਰ ਦਿਖੀ ਹੈ ਕਿਤੇ ਸਰਕਾਰ ਦੇ ਕੰਮ ਦੇਖੇ ਹੈ ਕਿਤੇ ਕੋਈ ਇੱਟ ਲੱਗਦੀ ਦੇਖੀ ਹੈ ਕਿਤੇ ਕਿਸੇ ਗਰੀਬ ਦੀ ਬਾਂਹ ਫੜਦੇ ਦੇਖੇ ਹੋ ਕਿਤੇ ਲਾਅ ਐਂਡ ਆਰਡਰ ਸਿਚੁਏਸ਼ਨ ਕੋਈ ਚੰਗੀ ਹੋਈ ਹੈ ਜ਼ੀਰੋ ਸਰਕਾਰ ਹੈ ਥੈਂਕ ਯੂ